और चलो ए और फिर जे इधर आप उतरा चला बर्फ दे गया उन्होंने। अच्छा गल सुन और वीआ की एक तो पजामा की एक नाल नाल ही दुकाना ने उन्होंने उत्थे पहुँचा के दे दे के आ ठीक है आ लै जा है ते ले जा के। अच्छा कल की किया तू कैसा बेवकूफ आदमी है तू अगलिया ने उलामा दिता मैनू और कहें ढक्कन चो के बिचे बर्फ सुट दी और कूलर की टूटी तोड़ दी ध्यान कराया कर सीधे आ बेवकूफा आ ला फाड़ा लै चल। चलो उन्होंने हुण भेज दित्ती हुण पैसे आ ही जाणगे। अस्सलाम वालेकुम जी। आओ जी बिस्मिल्लाह जनाब की हाल चाल है जी। खैर जनाब शुक्र है तबीयत ठीक है जी अल्हम्दुलिल्लाह। की नाम जी तुहाडा? मेरा नाम जनाब लालटेन। लालटेन जी? जी मतलब? मतलब भी लाल मेरी मां ने मेरा नाम रखिया लाल ते 10 जमाता मैं पास कीतियां ने लालटेन मेरा नाम है। ਸਾਡੀ ਨਾ ਜੀ ਰਿਹਾਇਸ਼ ਹਾਂਜੀ ਪਹਿਲੇ ਇੱਥੇ ਹੀ ਹੁੰਦੀ ਸੀ। ਅੱਛਾ ਜੀ ਹਾਂਜੀ ਹਾਂਜੀ ਅੱਛਾ 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 ਇੱਥੇ ਰਹਿੰਦੇ ਨੇ? ਹਾਂਜੀ। ਅੱਛਾ ਅੱਛਾ ਤੇ ਕਿੱਥੇ ਰਹਿੰਦੇ ਸੀ ਤੁਸੀਂ? ਆ ਪਿੱਛੇ ਇੱਥੇ ਜਿਹੜਾ ਸਕੂਲ ਹੈ ਨਾ ਜੀ ਆਹੋ ਉਤੋਂ ਤੀਸਰੀ ਗਲੀ 'ਚ ਅਗਲੇ ਪਾਸੇ। ਹਾਂਜੀ ਉਹ 25-30 ਸਾਲ ਪਹਿਲੇ ਨਾ ਜੀ ਫਿਰ ਮੇਰੇ ਅੱਬੂ ਜਿਹੜੇ ਆ ਹਾਂ ਉਹ ਇੱਥੋਂ ਕੰਮ ਦੇ ਸਿਲਸਿਲੇ 'ਚ ਕਰਾਚੀ ਚਲੇ ਗਏ। ਅੱਛਾ 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 ਮੈਂ ਆਇਆ ਵਾਵਾ ਕੋਈ 12-14 ਸਾਲਾਂ ਬਾਅਦ। ਅੱਛਾ ਫਿਰਿਆ ਪੂਰਾ ਇਲਾਕਾ ਮੈਂ। ਠੀਕ ਹੈ ਬੜਾ ਮਜ਼ੇਦਾਰ ਆ ਉਹ ਤੁਹਾਨੂੰ ਪਤਾ ਜਿੱਥੇ ਬੰਦਾ ਜੰਮਿਆ ਪਲਿਆ ਹੋਵੇ। ਆਹੋ ਜੀ ਉਹ ਫਿਰ ਬਚਪਨ ਦੀਆਂ ਯਾਦਾਂ ਤੇ ਹੁੰਦੀਆਂ ਹੀ ਆ। ਅੱਛਾ 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 ਮੈਂ ਵੀ ਇਸੇ ਸਕੂਲੇ ਪੜਿਆ ਸੀ। ਇਹ ਸਕੂਲ ਚ? ਹਾਂਜੀ ਤੀਸਰੀ ਤੱਕ ਮੈਂ ਇੱਥੇ ਪੜਿਆ ਸੀ। ਅੱਛਾ ਅੱਛਾ ਤੇ ਮਾਸਟਰ ਅੱਲਾ ਦਿੱਤਾ ਸਾਹਿਬ? ਹਾਂਜੀ 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 ਉਹਨਾਂ ਕੋਲ। ਅੱਛਾ 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 ਬਹੁਤ ਅੱਛੇ ਮਾਸਟਰ ਸੀ। ਹਾਂਜੀ ਹਾਂਜੀ ਚੰਗੇ ਬੰਦੇ ਸੀ। ਹਾਂਜੀ ਉਹ ਤੇ ਹੁਣ ਰਿਟਾਇਰ ਹੋ ਗਏ ਜਾਂ ਪਤਾ ਨਹੀਂ ਹੁਣ ਨਹੀਂ ਆਉਂਦੇ। ਕਦੀ ਨਜ਼ਰ ਵੀ ਨਹੀਂ ਆਏ? ਉਹ ਨਹੀਂ ਹੁਣ ਨਹੀਂ ਇੱਧਰ ਨਹੀਂ ਆਉਂਦੇ ਉਧਰੋਂ ਆਉਂਦੇ ਸੀਗੇ ਕਿਤੇ ਪਰੇ ਹੋ ਇੱਕ ਪਿੰਡੋਂ ਆਉਂਦੇ ਹੁੰਦੇ ਸੀ ਸਾਈਕਲ ਤੇ ਅੱਗੇ ਥੈਲਾ ਟੰਗਿਆ ਹੁੰਦਾ ਸੀਗਾ। ਹਾਂ ਹਾਂ ਆਹੋ ਤੇ ਉਹ ਚੰਗੇ ਮਾਸਟਰ ਬਹੁਤ ਅੱਛੇ। ਹਾਂ ਬਿਲਕੁਲ ਸਹੀ ਅਸੀਂ ਹੁਣ ਕਰਾਚੀ ਆ ਜੀ ਉੱਥੇ। ਅੱਛਾ ਅੱਛਾ ਅੱਬੂ ਰਿਟਾਇਰ ਹੋ ਗਏ। ਅੱਛਾ 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 ਵਾਪਡਾ ਚ ਸੀ ਨਾ ਜੀ? ਠੀਕ ਹੈ ਅੱਬੂ ਠੀਕ ਹੈ ਠੀਕ ਬਿਲਕੁਲ ਸਹੀ ਤੇ ਮੈਂ ਆਇਆ ਇੱਥੇ ਫਿਰਦਾ ਤੁਰਦਾ। ਅੱਛਾ ਪੰਜਾਬ ਵਾਲੀ ਮੌਜ ਨਹੀਂ ਹੈਗੀ ਉੱਥੇ? ਬਈ ਪੰਜਾਬ ਦੀਆਂ ਆਪਣੀਆਂ ਹੀ ਬਾਤਾਂ ਨੇ। ਪੰਜਾਬ ਕਿਆ ਬਾਤ ਹੈ ਇੱਥੇ ਹਰਿਆਲੀ ਇੱਥੇ ਸਬਜ਼ਾ ਇੱਥੇ ਖੇਤਾਂ ਇੱਥੇ ਕਿਆ ਬਾਤ ਹੈ ਛੱਲੀਆਂ ਇੱਥੇ ਸਾਗ ਇੱਥੇ ਬਹੁਤ ਮਜ਼ੇਦਾਰ ਜ਼ਿੰਦਗੀ ਹੈ। ਤੁਸੀਂ ਦੇਖੋ ਨਾ ਕਿ ਇੱਥੇ ਹੁਣ ਸਵੇਰੇ ਸਵੇਰੇ ਤੁਸੀਂ ਦੇਖੋ ਕਿ ਜਨਾਬ ਨਾਸ਼ਤੇ ਹੋਣ ਡਏ ਨੇ ਪਾਵਿਆਂ ਦੇ ਕਿਆ ਬਾਤ ਹੈ ਚਨਿਆਂ ਦੇ ਆ ਚੌਕ ਚ ਇੱਥੇ। ਹਾਂਜੀ ਹਾਂਜੀ ਆ ਲੋਰੀ ਨਾਸ਼ਤੇ ਵਾਲਾ। ਹਾਂਜੀ ਕਿਆ ਬਾਤ ਹੈ ਇੱਥੇ ਬੜੇ ਮਜ਼ੇਦਾਰ ਹੁੰਦੇ ਨੇ ਉਹਦੇ ਕੋਲ ਉਹ ਚਨੇ ਵੀ ਪਕਾਉਂਦਾ। ਸਵੇਰੇ ਮੈਂ ਖਾਦੇ ਹੈ। ਅੱਛਾ ਜੀ? ਹਾਂਜੀ ਸਵੇਰੇ ਮੈਂ ਨਾਸ਼ਤਾ ਇਥੋਂ ਕੀਤਾ ਤੇ ਬੜਾ ਮਜ਼ਾ ਆਇਆ। ਆ ਨਹੀਂ ਨਹੀਂ ਉਹ ਚੰਗਾ ਜ਼ਾਇਕਾ ਉਹਦੇ ਮਸਾਲੇ ਚੰਗੇ ਪਾਉਂਦਾ। ਹਾਂਜੀ 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 ਇਹ ਆ ਕਿ ਰਾਤ ਸ਼ਾਮ ਨੂੰ ਜਿਲੇ ਮੈਂ ਆਉਣਾ ਆ। ਅੱਛਾ ਜੀ ਇੰਨੇ ਚਿਰ ਤੋਂ ਮੇਰਾ ਨਾ ਆ ਗਰਮੀਆਂ ਨੇ ਹੁਣ। ਹਾਂਜੀ ਹਾਂਜੀ ਦੁੱਧ ਸੋਡਾ ਪੀਣ ਨੂੰ ਦਿਲ ਕਰਦਾ ਹੈ। ਕੀ ਬਾਤ ਆ ਤੇ ਮੈਂ ਹੁਣ ਜਿਲੇ ਸ਼ਾਮ ਨੂੰ ਆ ਕੇ ਦੁੱਧ ਸੋਡਾ ਬਣਾਉਣਾ। ਆਹੋ ਬਰਫ ਜਿਹੜੀ ਨਾ ਬਰਫ ਹਾਂ ਹਾਂ ਬਰਫ 'ਚ ਜ਼ਾਇਕਾ ਹੀ ਨਹੀਂ ਹੈਗਾ। ਓਏ ਉਧਰ ਦਾ ਪਾਣੀ ਨਹੀਂ ਚੰਗਾ। ਹਾਂ ਪਾਣੀ ਇਧਰ ਪੰਜਾਬ ਦਾ ਹੀ ਆ ਤੇ ਉਹ ਬਰਫ ਬਣਨੀ ਪਾਣੀ ਦੀ ਬਣਦੀ ਜ਼ੈਕਾ ਕਿੱਥੋਂ ਨਿਕਲਣਾ ਬਰਫ ਚੋਂ। ਆ ਬਿਲਕੁਲ ਸਹੀ ਗੱਲ ਤੇ ਬਰਫ ਹੀ ਨਹੀਂ ਇਸ ਕਾਬਲ ਹੈਗੀ। ਹਾਂਜੀ ਹਾਂਜੀ ਤੇ ਉਹ ਹੁਣ ਮੈਂ ਸੋਚਿਆ ਮੈਂ ਕਿ ਨਾ ਜਾਂ ਤਾਂ ਦੁੱਧ ਸੋਡਾ ਨਹੀਂ ਪੀਣਾ ਹਾਂ ਤੇ ਜੇ ਪੀਣਾ ਤੇ ਪੰਜਾਬ ਦਾ ਪੀਣਾ। ਆ ਬਿਲਕੁਲ ਠੀਕ ਹੈ ਤੂੰ ਹੁਣ ਇੱਥੇ ਆਇਆ ਜਿੰਨੇ ਦਿਨ ਰਹੇਗਾ ਬੜਾ ਸੋਹਣਾ ਦੁੱਧ ਸੋਡਾ ਇੱਥੇ ਤਾਂ ਲੱਭਣਾ। ਮੈਂ ਤੇ ਬਰਫ ਜਿਹੜੀ ਮੈਂ ਭਲਾ ਕਿਹੜੇ ਕਾਰਖਾਨੇ ਉਹ ਲਿਆਉਣਾ ਆ ਨਹਿਰ ਦੇ ਨਾਲ ਨਹੀਂ ਜਿਹੜਾ ਬਰਫ ਖਾਣਾ ਉਥੋਂ ਨਹਿਰ ਦੇ ਕਿਨਾਰੇ ਦਾ ਜਿਹੜਾ ਪਾਣੀ ਉਹਦਾ ਜ਼ਾਇਕਾ ਹੀ ਹੋਰ ਆ। ਮੇਰੀ ਬਰਫ ਇੱਥੇ ਧੜਾ ਧੜ ਵਿਕਦੀ ਅੱਲਾ ਦੀ ਰਹਿਮਤ ਆ ਸ਼ੁਕਰ ਆ ਰੱਬ ਦਾ ਇੱਥੇ ਮਸ਼ਹੂਰ ਆ ਮੈਂ ਲਾਲਟੈਨ ਅਗਲਿਆਂ ਨੂੰ ਪਤਾ ਜਾ ਯਾਰ ਉੱਥੇ ਚਾਚੇ ਲਾਲਟੈਨ ਕੋ ਜਾ ਕੇ ਬਰਫ ਲੈ ਆ ਉਹ 20ਆਂ ਦੀ 30ਆਂ ਦੀ ਚਲੋ ਜਿੱਦਾਂ ਦੇ ਮਾਸਟਰ ਲੋਕ ਨੇ ਬਸ ਠੀਕ ਆ ਸ਼ੁਕਰ ਆ ਰੱਬ ਦਾ। ਤੇ ਤੁਸੀਂ ਨਾ ਜੀ ਹੁਣ ਹਾਂਜੀ ਮੈਨੂੰ ਬਰਫ ਭੇਜਿਆ ਕਰਨੀ ਹੈ। ਅੱਛਾ ਪਜਾਮਾਂ ਦੀ ਸਵੇਰ। ਅੱਛਾ ਪਜਾਮਾਂ ਦੀ ਸ਼ਾਮ। ਆ ਕੋਈ ਨਹੀਂ ਸਾਡੀ ਬਾਹਨ ਲੱਗੀ ਆ ਆ ਕੋਈ ਐਸੀ ਗੱਲ ਨਹੀਂ ਅਜੇ 20-20 ਦੀ ਵੀ ਪਜਾਮਾਂ ਦੀ 30-30 ਦੀ ਕੋਈ ਨਹੀਂ ਐਸੀ ਗੱਲ ਮੁੰਡਾ ਰੱਖਿਆ ਸਾਈਕਲ ਤੇ ਛੱਡਿਆ ਹੁੰਦਾ ਕੋਈ ਐਸੀ ਗੱਲ ਨਹੀਂ ਰੋਜ਼ਾਨਾ ਛੱਡਿਆ ਕਰੇਗਾ ਨਾ ਜੀ। ਆ ਜੀ ਤੁਸੀਂ ਜਿੱਥੇ ਕਹੋਗੇ ਇੱਥੇ ਤੁਸੀਂ ਲਾਗੇ ਕਿਤੇ ਜਿੱਥੇ ਆਇਆ ਵਾ ਅਸੀਂ ਛੱਡਿਆ ਕਰਾਂਗੇ। ਨਹੀਂ ਕਰਾਚੀ ਆ ਕੋਈ ਐਸੀ ਗੱਲ ਨਹੀਂ ਅਸੀਂ ਮੁੰਡਾ ਰੱਖਿਆ ਵਾ ਪਜਾਮਾਂ ਦੀ ਸਵੇਰੇ ਪਜਾਮਾਂ ਦੀ ਸ਼ਾਮ ਨੂੰ। ਹਾਂ ਪੈਸੇ ਨਗਦ। ਆ ਕੋਈ ਨਹੀਂ ਤੇ ਇੱਥੇ ਜਿੱਥੇ ਤੁਸੀਂ ਕਿਤੇ ਰਹਿੰਦੇ ਆ ਮੁੰਡਾ ਸਵੇਰੇ ਵੀ ਦੇ ਆਇਆ ਕਰੂਗਾ ਸ਼ਾਮ ਨੂੰ ਵੀ ਦੇ ਆਇਆ ਕਰੂ। ਨਹੀਂ ਨਹੀਂ ਕਰਾਚੀ ਜਾਣੀ ਹੈ। ਬਰਫ? ਹਾਂਜੀ ਹਾਂਜੀ ਇੱਥੋਂ। ਹਾਂਜੀ ਨਹੀਂ ਉੱਥੇ ਸਹੀ ਨਹੀਂ ਨਾ ਲੱਭਦੀ
ਕਰਾਚੀ ਤੇ ਤੁਹਾਡੇ ਅੱਬਾ ਜੀ ਰਹਿੰਦੇ ਸੀ? ਨਹੀਂ ਨਹੀਂ ਅਸੀਂ ਵੀ ਉੱਥੇ ਹੀ ਆ, ਹੁਣ ਮੈਂ ਤਾਂ ਚਲੇ ਜਾਣਾ, ਪਰਸੋਂ ਦੀ ਟਿਕਟ ਆ ਮੇਰੀ ਵਾਪਸ ਦੀ। ਉਹ ਨਹੀਂ, ਮੇਰਾ ਮਤਲਬ ਇਹ ਆ ਵੀ ਇੱਥੇ ਜਿੱਥੇ ਕਿਤੇ ਵੀ ਇੱਥੋਂ ਬਰਫ਼ ਸਾਡੀ ਖਰੀ ਆ, ਜਿੱਥੇ ਕਹੋਗੇ ਮੁੰਡਾ ਦੇ ਆਇਆ ਕਰੇਗਾ, ਕੋਈ ਐਸੀ ਗੱਲ ਨਹੀਂ। ਨਹੀਂ ਨਹੀਂ ਕਰਾਚੀ ਪਹੁੰਚਾਉਣੀ ਹੈ ਤੁਸੀਂ। ਕੀ ਕਰਨਾ? ਕਰਾਚੀ ਬਰਫ਼ ਕਰਾਚੀ ਲਿਜਾਣੀ ਆ? ਹਾਂਜੀ, ਪਜਾਮਾ ਦੀ ਸੁਬਹ ਤੇ ਪਜਾਮਾ ਦੀ ਸ਼ਾਮ ਨੂੰ ਅਸੀਂ ਉੱਥੇ ਦੇਣੀ ਆ। ਹਾਂਜੀ ਹਾਂਜੀ, ਪਜਾਮਾ ਦੀ ਸਵੇਰੇ, ਪਜਾਮਾ ਦੀ ਸ਼ਾਮ, ਪਜਾਮਾ ਦੀ ਸ਼ਾਮ ਨੂੰ। ਇਹ ਤੇਰੀ ਸਾਡੇ ਨਾਲ ਬਾਹਨ ਆ। ਹਾਂਜੀ ਹਾਂਜੀ, ਤੇ ਅਸੀਂ ਬਰਫ਼ ਉੱਥੇ ਪਹੁੰਚਾਉਣੀ ਆ। ਹਾਂਜੀ ਹਾਂਜੀ। ਉਹ ਭਾਈ ਗੌਰ ਕਰ, ਧਿਆਨ ਕਰ ਜ਼ਰਾ, ਇੱਥੋਂ ਬਰਫ਼ ਕਰਾਚੀ ਯਾਰ ਇਹ ਕੋਈ ਸੁੱਕਾ ਸੌਦਾ ਵਾ? ਇਹ ਬਰਫ਼ ਆ, ਉਹ 50 ਰੁਪਏ ਦੀ ਬਰਫ਼ ਜਿਹੜੀ ਆ ਇੱਥੋਂ ਲੈ ਕੇ ਜੇ ਇੱਕ ਵਾਰੀ ਇੰਝ ਕਰਕੇ ਚੰਦ ਵੇਖ ਕੇ ਥੱਲੇ ਰੱਖੀਏ ਤੇ ਅੱਧੀ ਖੁਰ ਜਾਂਦੀ ਆ। ਤੇ ਇੱਥੋਂ ਕਰਾਚੀ ਕਿੰਨੀ ਦੂਰ ਆ ਭਲਾ? 1000 ਕਿਲੋਮੀਟਰ। 1000 ਕਿਲੋਮੀਟਰ ਤੇ ਇੱਥੋਂ ਮੈਂ ਬਲਾਕ ਵੀ ਭੇਜ ਦਵਾਂ ਤੇ ਉਹ ਤੇ ਉੱਥੇ ਤੱਕ ਜਾਂਦਿਆਂ ਜਾਂਦਿਆਂ ਪੰਜਾਵਾਂ ਦਾ ਵੀ ਉਹ ਤਾਂ ਰਾਹ ਹੀ ਖੁਰ ਜਾਣਾ, ਟੋਬੇ ਹੀ ਮੁੱਕ ਜਾਣਾ ਜਾ ਕੇ। ਕਿੱਦਾਂ ਇੱਥੋਂ ਭੇਜੀਏ ਜਾ ਕੇ ਤੁਹਾਨੂੰ? ਤੂੰ ਇਹ ਬਰਫ਼ ਦਾ ਜਿਹੜਾ 2 ਸੋਡਾ ਪੀਣਾ ਨਾ, ਇੱਕੋ ਵਾਰੀ ਇੱਥੋਂ ਬਣਾ ਕੇ ਕੂਲਰ ਲੈ ਜਾ, ਬਾਕੀ ਉੱਥੇ ਫਰਿੱਜ 'ਚ ਰੱਖ ਲਈ। ਨਹੀਂ, ਉਹ ਤਾਂ 10 ਦਿਨਾਂ 'ਚ ਮੁੱਕ ਜਾਊਗਾ। ਤੇ ਆ ਕੋਈ ਨਹੀਂ, ਬਸ ਠੀਕ ਹੈਗਾ, ਫਿਰ ਕਿਤੇ ਤੇਰਾ ਚੱਕਰ ਲੱਗੂਗਾ, ਫਿਰ ਬਰਫ਼ ਲੈ ਗਈ। ਨਹੀਂ ਨਹੀਂ, ਮੈਂ ਗਰਮੀਆਂ ਸਾਰੀਆਂ 4-5 ਮਹੀਨੇ ਪੀਣਾ ਹੀ ਪੀਣਾ ਹੈ ਤੇ ਬਰਫ਼ ਤੁਹਾਡੇ ਕੋਲ ਲੈਣੀ। ਨਹੀਂ, ਐਡਾ 2 ਸੋਡਾ ਤੂੰ ਪੀਣਾ ਭਲਵਾਨ ਆ ਤੂੰ, ਵੀ ਤੈਨੂੰ ਕਿਹੜਾ ਐਸਾ ਤੂੰ ਢਲਾਈ ਦਾ ਕੰਮ ਕਰਦਾ ਵੀ ਸੀਨੇ ਤੇ ਸਾੜ ਪੈਂਦਾ ਤੇਰੇ? ਨਹੀਂ, ਸੀਨਾ ਨਹੀਂ ਸੜਨ ਦੀ ਗੱਲ ਨਾ, ਮੈਂ ਢਲਾਈ ਦਾ ਕੰਮ ਕਰਦਾ, ਸ਼ੌਕ ਹੁੰਦਾ ਬੰਦੇ ਨੂੰ ਵੈਸੇ ਹੀ। ਓਏ ਆਹੋ, ਸ਼ੌਕ ਹੁੰਦਾ ਲੇਕਿਨ ਸ਼ੌਕ ਵੀ ਰਾਹ ਦਾ ਹੁੰਦਾ। ਆਹ ਕਿਹੜਾ ਤੇਰਾ ਕੰਮ ਆ ਹੈ? ਉਹ ਰਹਿਣਾ ਤੂੰ ਕਰਾਚੀ ਆ, ਬਰਫ਼ ਤੈਨੂੰ ਇੱਥੋਂ ਪਜਾਵਾਂ ਦੀ ਸਵੇਰੇ, ਪਜਾਵਾਂ ਦੀ ਸ਼ਾਮ ਨੂੰ। ਇੱਥੇ ਕੋਈ ਮੈਂ PIA 'ਚ ਲੱਗਾ, ਇੱਥੇ ਰੇਲਵੇ ਵਾਲਿਆਂ ਨੂੰ ਬਲਾਕ ਦਿੱਤਾ, ਇੱਥੋਂ ਬੜੀਆ ਸਾਦਕਾਬਾਦ ਨਹੀਂ ਟੱਪਣਾ, ਬਲਾਕ ਮੁੱਕ ਜਾਣਾ। ਤੂੰ ਪਤਾ ਨਹੀਂ ਕਿਹੜੀ ਗੱਲ ਕਰ ਰਿਹਾ। ਇਹ ਤੁਹਾਡੀ ਜ਼ਿੰਮੇਵਾਰੀ ਹੈ, ਮੈਨੂੰ ਉੱਥੇ ਪੂਰੀ ਪਜਾਵਾਂ ਦੀ ਪਹੁੰਚਣੀ ਚਾਹੀਦੀ ਹੈ। ਬਹੁਤ ਅੱਛੇ ਵੀ ਤੇਰੇ, ਯਾਨੀ ਮੈਂ ਇੱਥੋਂ ਪਜਾਵਾਂ ਦੀ ਬਰਫ਼ ਦੀ ਖਾਤਰ ਆਪਣੇ ਫੱਟੇ ਦਾ ਬੇੜਾ ਗਰਕ ਕਰ ਲਵਾਂ, ਇੱਥੋਂ ਪਜਾਵਾਂ ਦੀ ਤੈਨੂੰ ਉੱਥੇ ਪਹੁੰਚਣੀ ਚਾਹੀਦੀ। ਉਹ ਭਾਈ ਥੋ ਕਰ, ਕੋਈ ਕੋ ਧਿਆਨ ਕਰ, ਚੌਕਸ ਹੋ ਜ਼ਰਾ, ਐ ਨਹੀਂ ਉਹ ਜਗ੍ਹਾ ਹੈਗੀ ਕਿਸੇ ਹੋਰ ਨਾਲ ਗੱਲ ਕਰ ਜਾ ਕੇ, ਕਿਤੇ ਬਰਫ਼ ਵਾਲੇ ਨਾਲ ਠੇਕਾ ਕਰ, ਵੱਡੇ ਬਲਾਕਾਂ ਵਾਲੇ ਨਾਲ ਜਿਨ੍ਹਾਂ ਦਾ ਬਰਫ਼ ਵਾਲਾ ਕਾਰਖਾਨਾ। ਨਹੀਂ, ਤੁਸੀਂ ਤਾਂ ਗਰਮ ਹੀ ਇੰਝ ਹੋਣ ਡਏ ਆ, ਤੁਹਾਡੀ ਮੇਰੀ ਤਾਂ ਕੋਈ ਐਸੀ ਲੜਾਈ ਯਾਰ, ਇਹਦੇ ਵਿੱਚ ਗਰਮ ਹੋਣ ਵਾਲੀ ਗੱਲ ਨਹੀਂ ਤੇ ਹੋਰ ਕੀ ਆ? ਨਹੀਂ, ਸਹੀ ਤੁਹਾਨੂੰ ਕਹਿੰਦੇ ਆ ਲਾਲਟੈਨ। ਲਾਲਟੈਨ, ਮੇਰੀ ਇੱਕ ਮਿੰਟ ਗੱਲ ਸੁਣ ਲਾ, ਲਾਲਟੈਨ ਕਹਿਣ ਜਾਂ ਮੈਨੂੰ ਦੀਵਾ ਕਹਿਣ ਜਾਂ ਮੈਨੂੰ ਚਿਰਾਗ ਕਹਿਣ, ਜੋ ਮਰਜ਼ੀ ਕਹਿਣ, ਇਹ ਬਰਫ਼ ਬੁਰਫ਼ ਵਾਲਾ ਇਸ ਕਿਸਮ ਦਾ ਕੰਮ ਨਹੀਂ ਮੇਰੇ ਨਾਲ ਤੇਰਾ ਚੱਲਣਾ। ਚੱਲ ਮੇਰਾ ਵੀਰ, ਜਾ ਆਪਣਾ ਕੰਮ ਕਰ ਜਾ ਕੇ। ਲਓ ਜੀ, ਪਜਾਵਾਂ ਦੀ ਬਰਫ਼ ਇਹਨੇ ਲੈਣੀ ਆ, ਇੱਥੋਂ ਕਰਾਚੀ ਪਹੁੰਚਾਓ। ਬਹੁਤ ਅੱਛੇ, ਸੁਬਹ ਸ਼ਾਮ, ਸਵੇਰੇ ਵੀ ਤੇ ਸ਼ਾਮ ਨੂੰ ਵੀ। ਹਾਂਜੀ ਹਾਂਜੀ, ਇਹ ਹਕੀਮ ਨੇ ਲਿਖ ਕੇ ਦਿੱਤਾ ਤੈਨੂੰ? ਹੈ, ਕੈਸੀਆਂ ਗੱਲਾਂ ਕਰ ਰਹੇ ਆ ਯਾਰ ਤੂੰ, ਉਹ ਬੇਵਕੂਫਾ ਨਲੈਕਾ। ਇੱਥੋਂ 1100-1100 ਕਿਲੋਮੀਟਰ ਸਫ਼ਰ ਹੈ, 50 ਰੁਪਏ ਦੀ ਬਰਫ਼ ਆ, ਆਪਣੀ ਅਕਲ ਨਾਲ ਸੋਚ। ਉਹ ਬਰਫ਼ ਕੋਈ ਲੱਕੜੀ ਆ ਜਿਹਦੇ ਉੱਤੇ ਬਰਫ਼ ਲਿਖ ਕੇ ਤੈਨੂੰ ਦੇ ਦੇਵਾਂ? ਤੁਸੀਂ, ਤੁਹਾਡੀ ਦੁਕਾਨਦਾਰੀ ਨਹੀਂ? ਦੁਕਾਨਦਾਰੀ ਆ, ਇੱਥੇ ਹੋਟਲਾਂ ਦਿੰਦੇ ਨਹੀਂ? ਦਿੰਦੇ ਆ। ਤੇ ਫਿਰ ਮੈਨੂੰ ਵੀ ਦਿਓ। ਅੱਛਾ, ਤੂੰ ਵੀ ਇੱਥੇ ਕਿਤੇ ਦੇ ਮੰਗਵਾ ਲਾ, ਦੱਸ ਕਿੱਥੇ? ਜਿੱਥੇ ਕਿਸੇ ਦੀ ਰਿਹਾਇਸ਼ ਹੋਵੇ ਉੱਥੇ ਹੀ ਮੰਗਾਉਣੀ ਹੁੰਦੀ। ਬਹੁਤ ਅੱਛੇ ਵੀ ਤੇਰੇ, ਇਹ ਉੱਥੇ ਕਲੋਨੀ ਅਸੀਂ ਕੱਟੀ ਸੀ ਜਿੱਥੇ ਤੂੰ ਮਕਾਨ ਬਣਾਇਆ ਹੈ। ਗੱਲਾਂ ਤੂੰ ਬਹੁਤ ਵੱਧ ਕੇ ਕਰ ਰਿਹਾ ਵਾ, ਜਾ ਮੇਰਾ ਭਰਾ ਆਪਣਾ ਕੰਮ ਕਰ ਜਾ ਕੇ। ਕੈਸਾ ਸਿਰ ਖਾਣ ਆ ਗਿਆ ਸਵੇਰੇ, ਨਾ ਕੋਈ ਗੱਲ ਨਾ ਕੋਈ ਬਾਤ। 50 ਰੁਪਏ ਦੀ ਬਰਫ਼ ਲੈਣੀ ਆ, ਮੈਨੂੰ ਕਰਾਚੀ ਪਹੁੰਚਾਓ ਜੀ ਇੱਥੇ, ਉਹ ਮੈਂ ਰੇਲਵੇ 'ਚ ਲੱਗਾ ਹੈ। ਤੁਸੀਂ 60 ਦੀ ਕਰ ਲਓ। ਭਾਈ ਮੇਰੀ ਇੱਕ ਮਿੰਟ ਗੱਲ ਸੁਣ ਲਾ, ਮੈਨੂੰ ਇਹੋ ਜਿਹੀ ਬਰਫ਼ ਵੇਚਣ ਦੀ ਕੋਈ ਲੋੜ ਨਹੀਂ, ਤੂੰ ਤਾਂ ਸ਼ੁਗਲ ਸਮਝਿਆ ਯਾਰ। ਉਹ ਬਰਫ਼ ਭਾਈ 60 ਦੀ ਹੋਵੇ, 100 ਦੀ ਹੋਵੇ, 200 ਦੀ ਹੋਵੇ, ਖੁਰਨੀ ਨਹੀਂ। ਕੈਸੀ ਗੱਲ ਕਰ ਰਹੇ ਆ, ਐਡੀ ਦੂਰ ਤੈਨੂੰ ਪਹੁੰਚਾਉਣੀ ਆ, 60 ਦੀ ਬੜਾ ਥੋਕ ਦਾ ਗਾਹਕ ਆਇਆ ਤੂੰ। ਨਹੀਂ ਤੇ ਨਾ ਖੁਰੇ, ਨਾ ਖੁਰੇ ਵਾਲੀ ਕਿਹੜੀ, ਇਹਦੇ ਵਿੱਚ ਚੂਨਾ ਪਾ ਦੇਵਾਂ, ਸੀਮਟ ਪਾਵਾਂ, ਹੈ ਕਿੱਦਾਂ ਨਾ ਖੁਰੇ? ਉਹ ਇੱਕ ਚੀਜ਼ ਹੈ ਹੀ ਖੁਰਨ ਵਾਲੀ ਆ, ਉਹਦਾ ਮੈਂ ਕਿਸ ਤਰ੍ਹਾਂ ਰੋਕ ਸਕਦਾ ਉਹਨੂੰ? ਕਿਸੇ ਡੱਬੇ ਡੁੱਬੇ 'ਚ ਪਾ ਦੇਣਾ, ਜਾਂ ਡੱਬਾ ਲੈ ਆ ਫਿਰ, ਡੱਬਾ ਕੋ ਆਈਸ ਬਾਕਸ ਲੈ ਕੇ ਆ, ਆਈਸ ਬਾਕਸ। ਪੜ੍ਹੇ ਲਿਖੇ ਹੋ? ਪੜ੍ਹੇ ਲਿਖੇ, ਲਾਲਟੈਨ, ਮੈਂ 10 ਜਮਾਤਾਂ ਪਾਸ ਹਾਂ, ਲਾਲਟੈਨ ਮੇਰਾ ਨਾਂ ਹੈ। ਇਹ ਆ ਕਿ ਪੈਸੇ ਟਾਈਮ ਨਾਲ ਤੁਹਾਨੂੰ ਪਹੁੰਚੀ ਜਾਣਗੇ ਜੀ। ਇਹ ਟਾਈਮ ਨਾਲ ਤੂੰ ਬੜਾ ਬੈਂਕ 'ਚ ਲੱਗਾ ਹੋਇਆ, ਬਹੁਤ ਤੂੰ ਮੇਰਾ ਸਿਰ ਖਾਣ ਡਿਆ, ਐਡਾ ਤਾਜਰ ਕਿਤੇ ਰਹਿੰਦਾ ਤੂੰ, ਮੇਰੀ ਦੁਕਾਨਦਾਰੀ ਦਾ ਬੇੜਾ ਗਰਕ ਕਰਨ ਡਿਆ। ਛੱਡ ਯਾਰ, ਕੈਸੀ ਗੱਲ ਕਰਦਾ ਤੂੰ, ਇੱਥੇ ਪਜਾਵਾਂ ਦੀ ਬਰਫ਼ ਲੈਣੀ ਆ, ਮੈਨੂੰ ਉੱਥੇ ਕਰਾਚੀ ਪਹੁੰਚਾਉਣੀ ਆ, ਸਵੇਰੇ ਵੀ ਸ਼ਾਮ ਨੂੰ ਵੀ। ਉਹ ਮੈਂ ਰੇਲਵੇ 'ਚ ਕੁਲੀ ਲੱਗਾ, ਤੇਰੀ ਬਰਫ਼ ਲੈ ਕੇ ਮੈਂ ਜਾਂਦਾ ਫਿਰਾਂ? ਜਾ ਪਰੇ ਹੋ ਜਾ ਇੱਥੋਂ, ਮੈਂ ਮੇਜਦਾ ਹੀ ਨਹੀਂ ਭਾਈ, ਮੈਂ ਨਹੀਂ ਇਹ ਕੰਮ ਕਰਦਾ, ਮੇਰਾ ਇਸ ਕੰਮ ਨਾਲ ਕੋਈ ਤਲਕ ਨਹੀਂ। ਚੱਲ ਜਾ ਆਪਣਾ ਕੰਮ ਕਰ ਜਾ ਕੇ, ਕਮਾਲ ਹੋ ਗਈ ਯਾਰ ਤੇਰੇ ਵਾਲੀ, ਕੈਸੀ ਗੱਲ ਕਰ ਰਿਹਾ ਤੂੰ।
ਚਾਚਾ ਲਾਲਟੈਨ ਤੁਸੀਂ ਤਾਂ ਗੁੱਸਾ ਕਰ ਗਏ। ਉਹ ਮੈਨੂੰ ਲਾਲਟੈਨ ਕਹੇ ਜਾਂ ਜੋ ਮਰਜ਼ੀ ਕਹੇ, ਗੁੱਸੇ ਗੱਸੇ ਦੀ ਨਹੀਂ ਗੱਲ, ਆਪਣੀ ਗੱਲ ਤੇ ਗੌਰ ਕਰ। ਆ ਕੋਈ ਗੱਲ ਹੈ ਤੇਰੇ ਕਰਨ ਵਾਲੀ? ਹੈ ਤੁਹਾਡਾ ਨਾਂ ਲਾਲਟੈਨ ਹੈ ਨਾ? ਆਹੋ ਲਾਲਟੈਨ ਹੈ ਮੇਰਾ ਨਾਂ। ਕਮਾਲ ਹੋ ਗਈ ਯਾਰ, ਗੱਲ ਕੈਸੀ ਕਰਦਾ ਬੰਦਾ। ਦੇਖੋ ਪਜਾਮਾ ਦੀ, ਉਹ ਜਾ ਕੰਮ ਕਰ ਜਾ ਕੇ, ਪਜਾਮਾ ਦੀ ਸੱਠਾਂ ਦੀ ਚੱਲਦਾ ਬਹੁਤ। ਕਮਾਲ ਹੋ ਗਈ ਤੇਰੇ ਵਾਲੀ, ਪਜਾਮਾ ਦੀ ਬਰਫ਼ ਲੈਣੀ ਆ, ਮੈਨੂੰ ਕਰਾਚੀ ਪਹੁੰਚਾਓ ਇੱਥੇ, ਬੜੀ ਗੱਲ ਆ ਤੇਰੀ। ਪਰ ਭੇਜਣੀ ਆ ਤੇਰੇ ਮਗਰ, ਤੇਰੇ ਅਰਗੇ ਦੇ ਮਗਰ, ਤੇ ਉੱਥੇ ਲਾਸ਼ ਦੇ ਬਲਾਕ ਭੇਜਣੇ ਚਾਹੀਦੇ ਨੇ, ਜਿਹੜਾ ਉੱਥੇ ਕਿਤੇ ਲਾਸ਼ ਦੇ ਕੋਲ ਪੱਖੇ ਲਾ ਕੇ, ਉਹ ਤੇਰੇ ਕੋਲ ਲੱਗਣੀ ਚਾਹੀਦੀ ਆ। ਜਾਂ ਤਾਂ ਆ ਜਾ ਤੂੰ, ਪਜਾਮਾ ਦੀ ਬਰਫ਼ ਕਰਾਚੀ ਭੇਜੋ। ਕਮਾਲ ਹੋ ਗਈ ਯਾਰ ਤੇਰੇ ਵਾਲੀ, ਚੱਲ ਜਾ ਤੂੰ। ਕਮਾਲ ਆ ਯਾਰ, ਕੈਸੇ ਬੇਵਕੂਫ ਲੋਕ ਆ।